ਕਿ ਮੇਰੀ ਹੈ ਤੂੰ ਮੇਰੀ ਰਹਿਣਾ ਸੀ ਸੋਹਣੀਏ ਵੀ ਸਭ ਤੇਰੇ। ਸੋ ਹੈ ਗਾਇਸ, ਕੀ ਹਾਲ ਚਾਲ ਸਭ ਦਾ? ਪੁਲਿਸ ਸਾਰੇ ਵਧੀਆ ਹੋਵੋਗੇ, ਠੀਕ ਹੈ ਜੀ। 410 ਐਕਸਪਲੇਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਸੁੱਖ ਵੈਰਲ ਬਾਈ ਨੇ, ਲਾਈਕ ਐਕਸਪਲੇਨ ਦਾ ਸੈਂਸ ਕਿ ਉਹਦੇ 'ਚ ਨਾ ਉਹਨੇ ਥੋੜ੍ਹੀ ਬਹੁਤੀਆਂ ਗੱਲਾਂ ਦੱਸੀਆਂ ਨੇ ਕਿ ਕੋਈ ਕੰਟਰੋਵਰਸੀਜ਼ ਜਾਂ ਰਿਪਲਾਈਜ਼ ਵਗੈਰਾ ਜਿਹੜੇ ਹੋਏ ਨੇ, ਠੀਕ ਹੈ, ਜਿਹੜੇ ਹੋ ਸਕਦੇ ਮੈਂ ਮਿਸ ਕਰ ਗਿਆ ਹੋਵਾਂ, ਠੀਕ ਹੈ। ਰਿਐਕਸ਼ਨ ਦੇ ਵਿੱਚ ਆ ਜਾਓ, ਚੈੱਕ ਕਰਦੇ ਹਾਂ। ਸੋ ਫਾਈਨਲੀ ਸਿੱਧੂ ਮੂਸੇਵਾਲਾ ਬਾਈ ਦਾ ਨਵਾਂ ਗਾਣਾ 410 ਰਿਲੀਜ਼ ਹੋ ਚੁੱਕਿਆ ਤੇ ਪੂਰੇ ਦਾ ਪੂਰਾ ਸੋਸ਼ਲ ਮੀਡੀਆ ਹੈਂਗ ਹੋ ਚੁੱਕਿਆ, ਵਿਊਜ ਫ੍ਰੀਜ਼ ਹੋ ਚੁੱਕੇ ਨੇ। ਹਾਲਾਂਕਿ ਇਹ ਗਾਣਾ ਸਿੱਧੂ ਮੂਸੇਵਾਲਾ ਬਾਈ ਦੇ ਆਫੀਸ਼ੀਅਲ ਚੈਨਲ ਤੇ ਨਹੀਂ ਰਿਲੀਜ਼ ਹੋਇਆ, ਪਰ ਫਿਰ ਵੀ ਬਹੁਤ ਵੱਡੇ ਵੱਡੇ ਰਿਕਾਰਡ ਟੁੱਟ ਚੁੱਕੇ ਨੇ ਤੇ ਅੱਗੇ ਹੋਰ ਵੀ ਬਹੁਤ ਰਿਕਾਰਡ ਟੁੱਟਣੇ ਨੇ। ਮੈਂ ਥੰਬਨੇਲ ਦੇ ਵਿੱਚ ਵੀ ਇਹੀ ਚੀਜ਼ ਲਿਖੀ ਸੀ ਕਿ 5 ਸਾਲਾਂ ਦੇ ਜਿਹੜੇ ਗਾਣੇ ਨੇ ਉਹ ਇੱਕੋ ਗਾਣੇ ਦੇ ਵਿੱਚ ਐਡ ਹੋ ਗਏ ਤੇ ਆਪਾਂ ਇਸ ਵੀਡੀਓ 'ਚ ਇਸ ਚੀਜ਼ ਦੇ ਬਾਰੇ ਗੱਲ ਕਰਾਂਗੇ ਕਿ ਸਿੱਧੂ ਮੂਸੇਵਾਲਾ ਬਾਈ ਦੇ ਇਸ ਗਾਣੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਬੋਲੀਆਂ ਗਈਆਂ ਨੇ, ਕਿੰਨਾ-ਕਿੰਨਾ ਦਾ ਜ਼ਿਕਰ ਕੀਤਾ ਸਿੱਧੂ ਬਾਈ ਨੇ ਆਪਣੇ ਇਸ ਗਾਣੇ ਦੇ ਵਿੱਚ। ਸੋ ਆਪਾਂ ਜ਼ਿਆਦਾ ਸਮਾਂ ਲੈਂਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿੰਦਾ ਕਿ ਸਿੱਧੂ ਬਾਈ ਦਾ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਗਾਣਾ ਲੀਕ ਹੋ ਚੁੱਕਿਆ ਸੀ ਤੇ ਇਹ ਚੀਜ਼ ਕਿਤੇ ਜ਼ਿਆਦਾ ਨਹੀਂ, 1-1.5 ਘੰਟਾ ਪਹਿਲਾਂ ਲੀਕ ਹੋਇਆ ਸੀ। ਕਿਤੇ ਹਰਟ ਕੀਤੀ ਸਿੱਧੂ ਬਾਈ ਦੇ ਸਾਰੇ ਫੈਨਸ ਨੂੰ? ਯਾਰ, ਮੈਨੂੰ ਵੀ ਬਹੁਤ ਗੁੱਸਾ ਆਇਆ ਕਿ ਸਿਰਫ 1 ਘੰਟੇ ਪਹਿਲਾਂ ਹੀ ਇਹ ਗਾਣਾ ਕਿਉਂ ਲੀਕ ਹੋਇਆ ਤੇ 5 ਵਜੇ ਤਾਂ ਇਹ ਗਾਣਾ ਰਿਲੀਜ਼ ਹੋ ਜਾਣਾ ਸੀ, ਸਨੀ ਮਾਲਟਨ ਦੇ ਚੈਨਲ ਤੇ ਹੀ ਸੁਣ ਲੈਣਾ ਸੀ ਸਾਰਿਆਂ ਨੇ। ਦੇਖੋ, ਜਦੋਂ ਪ੍ਰੀਮੀਅਰ ਤੇ ਲੱਗਿਆ ਸੀ ਗਾਣਾ ਉਦੋਂ ਲਗਭਗ 1 ਲੱਖ ਦੇ ਨੇੜੇ ਲੋਕ ਦੇਖ ਰਹੇ ਸੀ ਲਾਈਵ। ਇਹ ਵਾਲੀ ਗਿਣਤੀ ਵੱਧ ਵੀ ਸਕਦੀ ਸੀ ਜੇਕਰ ਇਸ ਤੋਂ ਪਹਿਲਾਂ ਗਾਣਾ ਲੀਕ ਨਾ ਹੁੰਦਾ। ਨਹੀਂ, ਇਹ ਮੇਰੇ ਹਿਸਾਬ ਨਾਲ ਜਿਹੜਾ ਵਰਜਨ ਸੀ ਨਾ, ਨਹੀਂ, ਜਿਹਨੇ ਦੇਖਣਾ ਉਹਨੇ ਦੇਖ ਹੀ ਲੈਣਾ, ਕਿਉਂਕਿ ਪ੍ਰੀਮੀਅਰ ਦਾ ਕੀ ਚੱਕਰ ਹੁੰਦਾ, ਪ੍ਰੀਮੀਅਰ 'ਤੇ ਨਾ ਆਪਣਾ ਲਾਈਕ ਵੀਡੀਓ ਦੇਖਣ ਵਾਸਤੇ ਬੰਦਾ ਜਾਂਦਾ, ਕੀ ਚੀਜ਼ ਹੈ, ਕੀ ਡਿਫਰੈਂਟ ਚੀਜ਼ ਹੈ, ਉਹ ਚੀਜ਼ ਹੈ, ਠੀਕ ਹੈ। ਇੱਕ ਸਨੀ ਬਾਈ ਦਾ ਚੈਨਲ ਛੋਟਾ ਸੀਗਾ, ਜੇ ਮੂਸੇਵਾਲਾ ਦਾ ਚੈਨਲ ਹੁੰਦਾ ਤਾਂ ਓਬਵੀਅਸਲੀ ਉਹ ਜ਼ਿਆਦਾ ਵਧਣਾ ਸੀਗਾ। ਉਸ ਤੋਂ ਬਾਅਦ 5 ਵਜੇ ਦਾ ਟਾਈਮ ਆ, ਠੀਕ ਆ, ਸੋ ਹਰ ਬੰਦਾ ਉਸ ਟਾਈਮ 'ਤੇ ਐਕਟਿਵ ਨਹੀਂ ਹੁੰਦਾ, ਇਹ ਵੀ ਚੀਜ਼ ਆ। ਕੋਈ ਆਫਿਸਿਸ 'ਚ ਆ, ਕੋਈ ਕਿਤੇ ਆ, ਠੀਕ ਹੈ, ਥੋੜ੍ਹਾ ਐਸਾ ਟਾਈਮ ਰੱਖਦੇ ਜਿਹੜਾ ਛੁੱਟੀ ਦਾ ਟਾਈਮ, ਜਿਵੇਂ 12-1 ਵਜੇ, 1-1 ਵਜੇ, 2 ਵਜੇ, ਠੀਕ ਹੈ, ਉਹ ਥੋੜ੍ਹਾ ਲੰਚ ਟਾਈਮ ਵਗੈਰਾ ਆ ਜਾਂਦਾ। ਸੋ ਬਹੁਤ ਚੀਜ਼ਾਂ ਫਰਕ ਪੈਂਦਾ ਆ, ਠੀਕ ਹੈ। ਅਤੇ ਕਨੇਡਾ ਅਮਰੀਕਾ ਉਸ ਟਾਈਮ 'ਤੇ ਸੁੱਤਾ ਹੋਇਆ ਸੀਗਾ, ਠੀਕ ਹੈ, ਜਾਂ ਕੋਈ ਜਾਗ ਰਹੇ ਸੀ, ਕੋਈ ਕੰਮ 'ਤੇ ਜਾ ਰਹੇ, ਕੋਈ ਤਿਆਰ ਹੋ ਰਿਹਾ ਸੀ, ਬਹੁਤ ਚੀਜ਼ਾਂ ਹੁੰਦੀਆਂ। ਤਾਂ ਦੀ ਐਕਸਾਈਟਮੈਂਟ ਥੋੜ੍ਹੀ ਦੇਰ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਸਿੱਧੂ ਬਾਈ ਦਾ ਗਾਣਾ, ਉਹਨੇ ਪਹਿਲਾਂ ਹੀ ਸੁਣ ਲਿਆ ਸੀ, ਪਰ ਇਸ ਚੀਜ਼ ਦੇ ਵਿੱਚ ਨਵੀਂ ਚੀਜ਼ ਇਹ ਸੀ ਕਿ ਸਿੱਧੂ ਬਾਈ ਦੇ ਜਿਹੜੇ ਗਾਣੇ ਦੀ ਵੀਡੀਓ ਸੀ ਉਹ ਨਵੀਂ ਦੇਖਣ ਨੂੰ ਮਿਲੀ ਸੀ। ਪਰ ਆਪਾਂ ਜਾਣਦੇ ਹਾਂ ਕਿ ਸਿੱਧੂ ਬਾਈ ਦੇ ਮੋਸਟਲੀ ਗਾਣੇ ਲੀਕ ਹੁੰਦੇ ਨੇ ਤੇ ਲੋਕ ਕੁਝ ਨਾ ਕੁਝ ਕਰਕੇ ਲੀਕ ਕਰ ਹੀ ਦਿੰਦੇ ਨੇ। ਪਹਿਲਾਂ ਸਨੀ ਮਾਲਟਨ ਦਾ ਵਰਸ ਆਉਂਦਾ ਤੇ ਜਿਹੜੀ ਸਨੀ ਮਾਲਟਨ ਦੀ ਰੈਪ ਹੈ ਉਹ ਪੂਰੀ ਦੀ ਪੂਰੀ ਇੱਕ ਵਾਈਬ ਵਾਲੀ ਹੈ, ਜਿਵੇਂ ਸਨੀ ਮਾਲਟਨ ਦੀਆਂ ਪਹਿਲਾਂ ਵਾਲੀਆਂ ਸਿੱਧੂ ਬਾਈ ਦੇ ਨਾਲ ਗਾਣਿਆਂ ਦੇ ਵਿੱਚ ਰੈਪ ਹੁੰਦੀ ਸੀ, ਯਾਨੀ ਕਿ ਇਹ ਵਾਲੇ ਗਾਣੇ ਦੇ ਵਿੱਚ ਰੈਪ ਐਦਕਿ ਪੰਜਾਬੀ ਜ਼ਿਆਦਾ ਵਧੀਆ ਯੂਜ਼ ਕੀਤੀ ਆ ਸਨੀ ਨੇ। ਸਨੀ ਮਾਲਟਨ ਦੀ ਜਿਹੜੀ ਹੈ ਉਹ ਇਸਾ ਜੱਟ ਵਾਲੀ ਰੈਪ ਦੇ ਨਾਲ ਕਿਤੇ ਨਾ ਕਿਤੇ ਮਿਲ ਰਹੀ ਹੈ ਤੇ ਉਦਾਂ ਦੀ ਵਾਈਬ ਆ ਰਹੀ ਹੈ। ਇਹ ਚੀਜ਼ ਸੁਣ ਕੇ ਯਾਰ ਇੱਕ ਬਹੁਤ ਜੋਸ਼ ਜਿਹਾ ਆ ਜਾਂਦਾ, ਕਿਉਂਕਿ ਇਸਾ ਜੱਟ ਵਿੱਚ ਵੀ ਸਨੀ ਮਾਲਟਨ ਨੇ ਜਿਹੜੀ ਰੈਪ ਕੀਤੀ ਸੀ ਉਹਦੇ ਵਿੱਚ ਇੰਗਲਿਸ਼ ਤਾਂ ਸੀ, ਉਹਦੇ ਵਿੱਚ ਪੰਜਾਬੀ ਵੀ ਬੋਲੀ ਸੀ। ਇਸ ਗਾਣੇ ਦੇ ਵਿੱਚ ਵੀ ਸਨੀ ਮਾਲਟਨ ਇੰਗਲਿਸ਼ ਤੇ ਪੰਜਾਬੀ ਮਿਕਸ ਕਰਕੇ ਬੋਲ ਰਹੇ ਨੇ। ਸਨੀ ਮਾਲਟਨ ਨੇ ਆਪਣੀ ਰੈਪ ਦੇ ਵਿੱਚ ਇਹ ਵੀ ਕਿਹਾ ਕਿ ਫਾਇਦਾ ਚੱਕ ਭੱਜ ਗਏ ਸੀ, ਮੈਂ ਨਾਮ ਨਹੀਂ ਲੈਣਾ ਉਹਨਾਂ ਦਾ। ਇੱਥੇ ਸਨੀ ਮਾਲਟਨ ਨੇ ਕਿਹਨੂੰ, ਇੱਕ ਦੋ ਜਾਣੇ ਦਾ ਹੋ ਸਕਦਾ, ਬਰਡ ਨੂੰ ਹੋ ਸਕਦਾ, ਪ੍ਰੇਮ ਨੂੰ ਕਿਹਾ ਹੋ ਸਕਦਾ, ਏਪੀ ਨੂੰ ਕਿਹਾ ਹੋ ਸਕਦਾ, ਕਈ ਆਰਟਿਸਟ ਆਉਣਗੇ। ਰਿਪਲਾਈ ਕੀਤਾ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਦੇ ਵਰਸ ਦੇ ਬਾਰੇ। ਸਿੱਧੂ ਬਾਈ ਨੇ ਕਿਹਾ ਕਿ 410 ਬੀਟ ਡਾਊਨ ਹੌਲੀ ਹੌਲੀ ਗੱਡੀ ਜਾਵੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਿੱਧੂ ਬਾਈ ਦੇ ਬਾਕੀ ਸਾਰਿਆਂ ਗਾਣਿਆਂ ਦੇ ਵਿੱਚੋਂ ਕੁਝ ਨਾ ਕੁਝ ਚੀਜ਼ਾਂ ਇਸ ਗਾਣੇ ਦੇ ਵਿੱਚ ਜ਼ਰੂਰ ਸਿਮਿਲਰ ਦੇਖਣ ਨੂੰ ਮਿਲ ਜਾਣਗੀਆਂ। ਇਹ ਵੀ ਲਾਈਨ ਮਿਲਦੀ ਹੈ ਸਿੱਧੂ ਬਾਈ ਦੇ ਇੱਕ ਪਹਿਲਾਂ ਵਾਲੇ ਗਾਣੇ ਹੌਲੀ ਹੌਲੀ ਦੇ ਨਾਲ, ਜਿਹਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਨੇ ਲਿਖਿਆ ਸੀ ਕਿ ਗੱਡੀ ਮੇਰੀ ਚੱਲਦੀ ਹੈ ਹੌਲੀ ਹੌਲੀ। ਸੇਮ ਇਹਦੇ 'ਚ ਵੀ ਬਾਈ ਨੇ ਕਿਹਾ ਕਿ 410 ਬੀ ਟਾਊਨ ਹੌਲੀ ਹੌਲੀ ਗੱਡੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਨਾਲ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਕਿ ਸਿੱਧੂ ਮੂਸੇਵਾਲਾ ਬਾਈ ਦੀ ਇੱਕ ਪੁਰਾਣੀ ਵਾਈਬ ਆਪਾਂ ਨੂੰ ਸੁਣਨ ਨੂੰ ਮਿਲੀ ਇਹਦੇ ਵਿੱਚ। ਫਿਰ ਸਿੱਧੂ ਬਾਈ ਨੇ ਕਿਹਾ ਕਿ ਚੋਬਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ। ਸੇਮ ਇੱਦਾਂ ਦੀ ਲਾਈਨ ਸੀ ਸਿੱਧੂ ਬਾਈ ਦੇ ਬੀ ਟਾਊਨ ਗਾਣੇ ਦੇ ਵਿੱਚ, ਜਿਹਦੇ 'ਚ ਬਾਈ ਨੇ ਲਿਖਿਆ ਸੀ ਇਕੱਲਾ ਕਿਤੇ ਖੜੀ ਨਾ ਪਲਾਜ਼ੇ ਵਿੱਚ ਹੋਏ।
ਹਾਂ ਮਤਲਬ ਇੱਕ ਤਰੀਕੇ ਨਾਲ ਉਹ ਉਸੇ ਟਾਊਨ ਦੀਆਂ ਉਸ ਜਗ੍ਹਾ ਦੀਆਂ ਉਹਨੇ ਕਿ ਏਰੀਏ ਦੀ ਗੱਲ ਕੀਤੀ ਹੈ ਨਾ, ਤਾਂ ਓਬਵੀਅਸਲੀ ਉਹ ਲਾਈਨਸ ਵਰਡਸ ਕਿਤੇ ਨਾ ਕਿਤੇ ਮੈਚ ਹੋਣਗੇ ਹੀ ਹੋਣਗੇ, ਠੀਕ ਹੈ ਆਪਸ ਦੇ ਵਿੱਚ, ਕਿਉਂਕਿ ਚੀਜ਼ਾਂ ਉਹੀ ਨੇ ਨਾ ਉੱਥੇ ਉੱਥੇ ਕਿੱਥੇ ਕਿਤੇ ਉੱਥੇ ਬੰਦਾ ਜਿੱਥੇ ਗੇੜੀ ਮਾਰ ਰਿਹਾ ਉਹਦੀ ਗੱਲ ਹੋਊਗੀ, ਜਾਂ ਉਹਦੇ ਹਾਈਵੇ ਦੀ ਗੱਲ ਹੋਊਗੀ, ਗੰਦ ਦੀ ਗੱਲ ਹੋਊਗੀ, ਠੀਕ ਹੈ ਉਹ ਹੀ ਜਿਹਨੇ ਹੁੱਡ ਦੀ ਗੱਲ ਹੋਊਗੀ ਨਾ। ਫਿਰ ਇਸ ਤੋਂ ਬਾਅਦ ਲਾਈਨ ਆਉਂਦੀ ਹੈ ਕਿ ਲਾਲ ਲਾਲ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾਂ 'ਤੇ ਹਨੇਰਾ ਹੋਈ ਜਾਂਦਾ। ਇਹ ਵਾਲੀ ਲਾਈਨ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਬਾਈ ਨੇ ਇੱਕ ਹੋਰ ਚੀਜ਼ ਰੀਪ੍ਰਜੈਂਟ ਕੀਤੀ ਆਪਣੇ ਪਿਛਲੇ ਗਾਣੇ ਦੇ ਵਿੱਚੋਂ, ਜਿਹਦੇ 'ਚ ਸਿੱਧੂ ਬਾਈ ਨੇ ਇਹ ਦੱਸਿਆ ਸੀ ਕਾਲੀਆਂ ਨੇ ਰਾਤਾਂ ਰਾਤਾਂ 'ਚ ਹਨੇਰਾ। ਅਤੇ ਤੁਹਾਨੂੰ ਪਤਾ ਹੀ ਇੱਕ ਸਿੱਧੂ ਬਾਈ ਦੇ ਜਿਹੜੇ ਲਿਰਿਕਸ ਹੁੰਦੇ ਨੇ ਉਹਨਾਂ ਦਾ ਮੁਕਾਬਲਾ ਅੱਜ ਤੱਕ ਕੋਈ ਵੀ ਨਹੀਂ ਕਰ ਸਕਿਆ, ਅਤੇ ਇਹੀ ਸੀ ਸਿੱਧੂ ਬਾਈ ਦੀ ਖਾਸੀਅਤ ਅਤੇ ਇਹ ਹਮੇਸ਼ਾ ਰਹਿਣੀ ਹੈ। ਪਰ ਸਿੱਧੂ ਬਾਈ ਨੇ ਬ੍ਰੈਂਪਟਨ ਨੂੰ ਰੀਪ੍ਰਜੈਂਟ ਕੀਤਾ ਇੱਕ ਲਾਈਨ ਦੇ ਵਿੱਚ, ਜਿਹੜਾ ਕਿ ਸਿੱਧੂ ਬਾਈ ਪਹਿਲਾਂ ਵੀ ਆਪਣੇ ਗਾਣਿਆਂ ਦੇ ਵਿੱਚ ਕਰਦੇ ਹੁੰਦੇ ਸੀ, ਅਤੇ ਬਾਈ ਨੇ ਲਿਖਿਆ ਕਿ ਬ੍ਰੈਂਪਟਨ ਵਿਗੜੇ ਹੋਏ ਜੱਟਾਂ ਦਾ ਜਾਂ ਟਿੱਲਾ। ਸਿੱਧੂ ਬਾਈ ਆਪਣੇ ਮੋਸਟਲੀ ਗਾਣਿਆਂ ਦੇ ਵਿੱਚ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦਾ ਵੀ ਜ਼ਿਕਰ ਕਰਦੇ ਰਹਿੰਦੇ ਸੀ, ਤੇ ਇਹਦੇ 'ਚ ਵੀ ਬਾਈ ਨੇ ਲਿਖਿਆ ਕਿ ਕਾਲੇ ਸ਼ੀਸ਼ੇ ਬੇਸ ਨਾਲ ਹੁੰਦੇ ਵਾਈਬ੍ਰੇਟ। ਫਿਰ ਆਪਾਂ ਜਾਣਦੇ ਹਾਂ ਕਾਲੀ ਰੇਂਜ ਵਾਲੀ ਵਾਈਬ ਬੜੇ ਟਾਈਮ ਬਾਅਦ ਆਈ ਹੈ। ਇਸ ਤੋਂ ਹੀ ਲੱਗ ਰਿਹਾ ਸੀਗਾ ਮੈਨੂੰ ਕਿ ਗਾਣਾ ਸ਼ਾਇਦ ਨਾ ਬਹੁਤ ਟਾਈਮ ਪਹਿਲਾਂ ਰਿਕਾਰਡ ਹੋਇਆ ਜਾਂ ਲਿਖਿਆ ਗਿਆ ਸੀਗਾ, ਠੀਕ ਹੈ। ਅਤੇ ਕਾਫੀ ਕਾਫੀ ਇਹਦੇ 'ਚ ਨਾ ਵਾਈਬ ਆਈ ਹੈ 2018-19 ਵਾਲੀ, 20 ਵਾਲੀ, ਓਵਰ ਟਾਈਮ ਵਾਲੀ। ਇਹ ਕਿ ਸਿੱਧੂ ਬਾਈ ਜਿਨ੍ਹਾਂ ਦੇ ਨਾਲ ਖੜ ਗਏ ਅਤੇ ਉਹ ਹਮੇਸ਼ਾ ਉਹਨਾਂ ਦੀ ਗੱਲ ਕਰਦੇ ਰਹਿੰਦੇ ਸੀ, ਉਹਨਾਂ ਦੀ ਸਪੋਰਟ ਕਰਦੇ ਸੀ, ਜਿਵੇਂ ਕਿ ਪਹਿਲਾਂ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ ਸਿੱਧੂ ਬਾਈ ਨੇ ਆਪਣੇ ਗਾਣੇ 'ਚ। ਬਾਈ ਨੇ ਆਪਣੇ ਇਸ ਗਾਣੇ ਦੀ ਲਾਈਨ ਦੇ ਵਿੱਚ ਬਲਕਾਰ ਅਣਖੀਲਾ ਦੀ ਗੱਲ ਕੀਤੀ ਹੈ, ਅਤੇ ਇਹ ਲਾਈਨ ਵੀ ਬੜੇ ਤਰੀਕੇ ਨਾਲ ਲਿਖੀ ਹੈ ਸਿੱਧੂ ਬਾਈ ਨੇ ਕਿ ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣਖੀਲਾ। ਅਤੇ ਸਿੱਧੂ ਬਾਈ ਦੇ ਬਾਰੇ ਠੀਕ ਹੈ, ਮਤਲਬ ਇਹ ਤਰੀਕੇ ਨਾਲ ਅਣਖੀਲਾ ਵੀ ਸੁਣਾ ਤੇ, ਠੀਕ ਹੈ, ਅਤੇ ਨਾਲੇ ਨਾਲ ਅਣਖਾਲਾ ਵੀ ਕਹਿੰਦਾ ਸਾਨੂੰ ਆਪਣੇ ਆਪ ਨੂੰ, ਉਹ ਵੀ ਚੀਜ਼ ਨਾਈਸ। ਆਪਾਂ ਜਾਣਦੇ ਹਾਂ ਕਿ ਸਿੱਧੂ ਬਾਈ ਪਹਿਲਾਂ ਵੀ ਬਲਕਾਰ ਅਣਖੀਲਾ ਦੀ ਕਿੰਨੀ ਸਪੋਰਟ ਕਰਦੇ ਸੀ, ਅਤੇ ਇਹਨਾਂ ਤੋਂ ਸਿੱਧੂ ਬਾਈ ਨੇ ਆਪਣੀ ਮੂਵੀ ਦੇ ਵਿੱਚ ਇੱਕ ਗਾਣਾ ਵੀ ਗਵਾਇਆ ਸੀ। ਜਿਹੜੀ ਸਿੱਧੂ ਬਾਈ ਨੇ ਇਹ ਵਾਲੀ ਲਾਈਨ ਬੋਲੀ ਹੈ ਕਿ S410 ਬੇਬੀ ਇਹ ਆ ਡੀਲਰਾਂ ਦਾ ਟਾਈਮ, ਇਹਦੇ ਵਿੱਚ ਮੈਨੂੰ S410 ਬੇਬੀ ਇਹ ਡੀਲਰਾਂ ਦਾ ਟਾਈਮ ਲੱਗਿਆ ਕਿ ਸਿੱਧੂ ਬਾਈ ਨੇ ਸ਼ੋਟ ਗਨ ਦਾ ਹੀ ਜ਼ਿਕਰ ਕੀਤਾ, ਕਿਉਂਕਿ S410 ਸ਼ੋਟ ਓਕੇ S410 ਹੀ ਹੈ, S410 ਬੇਬੀ ਇਹ ਡੀਲਰਾਂ ਦਾ ਟਾਈਮ, ਓਕੇ ਨਾਈਸ, ਕੱਢ ਕੱਢ ਲਿਆਉਂਦਾ ਚੀਜ਼ਾਂ ਵਾਇਰਲ ਹੈ ਸੁੱਖ ਗਨ ਹੁੰਦੀ ਹੈ। ਪਰ ਇੱਥੇ ਦੂਜੀ ਚੀਜ਼ ਇਹ ਹੋ ਸਕਦੀ ਹੈ ਸਿੱਧੂ ਬਾਈ ਨੇ ਸ਼ੋਟ ਗਨ ਦਾ ਜ਼ਿਕਰ ਕੀਤਾ ਹੀ ਨਾ ਹੋਵੇ, ਉਹਨਾਂ ਨੇ S410 ਦੀ ਜਗ੍ਹਾ 'ਤੇ ਇਹ ਬੋਲਿਆ ਹੋਵੇ It's 410। ਹਾਂ ਦੇਖਿਆ ਉਹੀ ਜਿਹੜੀ ਮੈਂ ਗੱਲ ਕਹੀ ਹੈ, ਹੋ ਸਕਦਾ ਯਾਨੀ ਕਿ It's 410 ਬੇਬੀ ਇਹ ਆ ਡੀਲਰਾਂ ਦਾ ਟਾਈਮ, ਅਤੇ ਸੁਣਨ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਦੋਨੇ ਸਿਮਿਲਰ ਲੱਗਦੀਆਂ ਨੇ। ਅਤੇ ਬਾਕੀ ਜਿਹੜੇ ਪੂਰੇ ਗਾਣੇ ਦੇ ਵਿੱਚ 410 ਦਾ ਜ਼ਿਕਰ ਹੋਇਆ, ਇੱਕ ਤਾਂ ਆਪਾਂ ਟਾਈਮ ਦੇ ਨਾਲ ਰਿਲੇਟ ਕਰ ਸਕਦੇ ਹਾਂ, ਜਿਹੜਾ ਸਟਾਰਟਿੰਗ ਦੀ ਵੀਡੀਓ ਦੇ ਵਿੱਚ ਇੱਕ ਟਾਈਮ ਦਿਖਦਾ, ਇੱਕ 410 ਹਾਈਵੇ ਦਾ ਜ਼ਿਕਰ ਤਾਂ ਹੋਇਆ ਹੀ ਹੈ, ਤਾਂ ਆਪਾਂ ਸਾਰੇ ਜਾਣਦੇ ਹਾਂ। ਫਿਰ ਬਾਈ ਨੇ ਲਾਈਸੈਂਸ ਪਲੇਟ ਦਾ ਜ਼ਿਕਰ ਕੀਤਾ, ਅਤੇ ਇਹ ਵਾਲਾ ਵਰਡ ਜਿਹੜਾ ਇਹ ਸਿੱਧੂ ਬਾਈ ਨੇ ਆਪਣੇ ਪਹਿਲਾਂ ਵੀ ਇੱਕ ਗਾਣੇ ਦੇ ਵਿੱਚ ਬੋਲਿਆ ਸੀ। ਫਿਰ ਬਾਈ ਨੇ ਗਾਣੇ ਦੀ ਲਾਈਨ ਦੇ ਵਿੱਚ ਕੋਪਸ ਦਾ ਜ਼ਿਕਰ ਕੀਤਾ, ਫਿਰ ਬਾਈ ਨੇ ਇੱਕ ਨਾਮ ਲਿਆ ਇਸ ਗਾਣੇ ਦੇ ਵਿੱਚ ਸਟੀਲ ਮੈਕਲੋਗਨ। ਸਟੀਲ ਮੈਕਲੋਗਨ ਤਾਂ ਸਟਰੀਟ ਹੈ ਨਾ, ਉੱਥੇ ਸਟੀਲ ਇੱਕ ਅਲੱਗ ਜਗ੍ਹਾ ਦੀ, ਲਾਈਕ ਸਟੀਲ ਦਾ ਪੂਰਾ ਨਾਮ ਭੁੱਲ ਗਿਆ, ਮੈਕਲੋਗਨ ਇੱਕ ਅਲੱਗ ਸਟਰੀਟ ਆ ਜਾਂਦੀ ਹੈ ਕਿ ਸਟੀਲ ਮੈਕਲੋਗਨ ਤੋਂ ਕਰਦੇ ਟਰੈਕ। ਬਾਈ ਦੇ ਇਸ ਗਾਣੇ ਦੇ ਵਰਡ ਦੇ ਨਾਲ ਮਿਲਦੀ ਹੋਈ ਇੱਕ ਵੀਡੀਓ ਵੀ ਦਿਖਦੀ ਹੈ, ਜਿਹਦੇ ਵਿੱਚ ਸਟੀਲ ਐਵੈਨਿਊ ਲਿਖਿਆ ਹੁੰਦਾ, ਅਤੇ ਇੱਕ ਜਗ੍ਹਾ 'ਤੇ ਲਿਖਿਆ ਹੁੰਦਾ ਮੈਕਲੋਗਲਿਨ, ਮੈਕਲੋਗਨ ਰੋਡ, ਅਤੇ ਇਹ ਵੀ ਇੱਕ ਜਗ੍ਹਾ ਦਾ ਹੀ ਨਾਮ ਹੈ। ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਸਿੱਧੂ ਬਾਈ ਨੇ ਬੋਲਿਆ ਕਿ ਸਟੀਲ ਮੈਕਲੋਗਨ। ਪਰ ਬਾਈ ਨੇ ਲਾਸਟ ਲਾਈਨ ਦੇ ਵਿੱਚ ਇਹ ਕਿਹਾ ਕਿ ਮੇਰੇ 'ਚ ਅਤੇ ਉਹਨਾਂ 'ਚ ਫਰਕ ਬਹੁਤ ਹੈ, ਉਹ ਕਹਿੰਦੇ ਆ ਕਿ ਇਹ ਬਲੈਕ ਮਨੀ ਹੈ, ਅਤੇ ਸਿੱਧੂ ਬਾਈ ਨੇ ਕਿਹਾ ਕਿ ਮੈਂ ਕਹਿੰਦਾ ਕਿ ਇਹ ਈਜ਼ੀ ਮਨੀ ਹੈ। ਸੋ ਇਹ ਸੀ ਸਿੱਧੂ, ਹਰ ਬੰਦੇ ਲਈ ਈਜ਼ੀ ਮਨੀ ਡਿਫਰੈਂਟ ਤਰੀਕੇ ਦੀ ਹੁੰਦੀ ਹੈ ਨਾ, ਉਹ ਚੀਜ਼ ਬਾਈ ਦੇ ਗਾਣੇ ਦੇ ਲਿਰਿਕਸ ਜਿਹੜੇ ਕਿ ਮੈਚ ਹੁੰਦੇ ਸੀ ਸਿੱਧੂ ਬਾਈ ਦੇ ਪਿਛਲਿਆਂ ਗਾਣਿਆਂ ਦੇ ਨਾਲ, ਇਹ ਇੱਕ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਸ ਚੀਜ਼ ਦੇ ਨਾਲ ਸਿੱਧੂ ਬਾਈ ਦੀ ਪੁਰਾਣੀ ਵਾਈਬ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ। ਜਿਵੇਂ ਸਿੱਧੂ ਬਾਈ ਦੇ ਗਾਣੇ ਹੁੰਦੇ ਨੇ ਪੂਰੇ ਜੋਸ਼ ਵਾਲੇ, ਉਨਾ ਹੀ ਜੋਸ਼ ਆਉਂਦਾ ਇਸ ਗਾਣੇ ਨੂੰ ਸੁਣ ਕੇ, ਅਤੇ ਇਹ ਵਾਲਾ ਗਾਣਾ ਫੱਕੇ ਮੋਲ ਗਾਣੇ ਦੇ ਵਰਗਾ ਹੀ ਹੈ, ਕਿਉਂਕਿ ਉਹਦੇ ਵਿੱਚ ਵੀ ਸਿੱਧੂ ਮੂਸੇਵਾਲਾ ਬਾਈ ਦੀ ਵਰਸ ਸੀ, ਉਹ ਬਾਅਦ ਵਿੱਚ ਆਈ ਸੀ। ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਜ਼ਰੂਰ ਲਿਖ ਦਿਓ, ਠੀਕ ਹੈ ਜੀ, ਨਾਈਸ ਕੰਮ ਕੀਤਾ, ਵਧੀਆ ਯਾਰ, ਕੁਛ ਚੀਜ਼ਾਂ ਹੈ ਨਾ ਲਾਈਕ
ਠੀਕ ਹੈ, ਕੁਛ ਚੀਜ਼ਾਂ ਵਧੀਆ ਵਧੀਆ ਤਰੀਕੇ ਨਾਲ ਲਾਈਕ ਕੀਤੀਆਂ ਗਈਆਂ, ਜਦੋਂ ਪਤਾ ਕੀ ਜਦੋਂ ਕੋਈ ਗੱਲ ਕਲੀਅਰਲੀ ਬੰਦਾ ਕਰਦਾ ਨਾ ਅੱਗੇ ਬਹਿ ਕੇ ਅਤੇ ਉਹ ਚੀਜ਼ ਬਾਰੇ ਉਸ ਚੀਜ਼ ਬਾਰੇ ਬੰਦਾ ਪਾਰਟੀਕੁਲਰ ਸੋਚਦਾ, ਪਹਿਲਾਂ ਆਪਾਂ ਪੂਰੇ ਗਾਣੇ ਨੂੰ ਲੈ ਕੇ ਸੋਚ ਰਹੇ ਸੀ, ਹੁਣ ਆਪਾਂ ਪਾਰਟੀਕੁਲਰ ਲਾਈਨ ਨੂੰ ਲੈ ਕੇ ਸੋਚਿਆ, ਇਸ ਚੀਜ਼ਾਂ ਠੀਕ ਹੈ। ਸਤਿ ਸ਼੍ਰੀ ਅਕਾਲ।